ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਨਿਭਾਉਣ ਲਈ ਅੱਜ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਅਤੇ ਉੱਥੇ ਵੀ ਉਹਨਾਂ ਨੇ ਬਰਛਾ ਫੜ ਕੇ ਬਤੌਰ ਸੇਵਾਦਾਰ ਪਹਿਰੇਦਾਰ ਦੇ ਵਜੋਂ ਡਿਊਟੀ ਨਿਭਾਈ ਹੈ। ਇੱਕ ਘੰਟੇ ਉਹਨਾਂ ਨੇ ਸੇਵਾ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬਰਤਨਾਂ ਦੀ ਸੇਵਾ ਵੀ ਕੀਤੀ ਅਤੇ ਇੱਕ ਘੰਟੇ ਕੀਰਤਨ ਵੀ ਸਰਵਣ ਕੀਤਾ। ਤਾਂ ਦੱਸ ਦਈਏ ਕਿ ਬੀਤੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਭਾਈ ਨਰਾਇਣ ਸਿੰਘ ਚੌੜਾ ਨੇ ਗੋਲੀ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਲ ਬਾਲ ਬਚ ਗਏ ਸਨ। ਪਰ ਇਸ ਦੇ ਬਾਵਜੂਦ ਉਹਨਾਂ ਆਪਣੀ ਸੇਵਾ ਦੇ ਵਿੱਚ ਵਿਘਨ ਨਹੀਂ ਪੈਣ ਦਿੱਤਾ ਅਤੇ ਅੱਜ ਵੀ ਉਹਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਆਪਣੀ ਸੇਵਾ ਨਿਭਾਈ ਹੈ। ਹਾਲਾਂਕਿ ਬੀਤੇ ਦਿਨੀ ਹੋਏ ਹਮਲੇ ਨੂੰ ਧਿਆਨ 'ਚ ਰੱਖ ਕੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ, ਜਿਨ੍ਹਾਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਪੁੱਤਰ ਵੀ ਮੌਜੂਦ ਸਨ ਅਤੇ ਉਹਨਾਂ ਨੇ ਵੀ ਲੰਗਰ ਘਰ ਦੇ ਵਿੱਚ ਸੇਵਾ ਕੀਤੀ ਹੈ। ਇਸ ਮੌਕੇ ਵੱਖ ਵੱਖ ਅਕਾਲੀ ਆਗੂਆਂ ਨੇ ਬੀਤੇ ਦਿਨੀ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਇਸ ਦੀ ਜਾਂਚ ਦੀ ਮੰਗ ਵੀ ਕੀਤੀ। ਬੜੀ ਮਾੜੀ ਹੋਈ ਆ। ਚਲੋ ਵਾਹਿਗੁਰੂ ਦੀ ਆਸੇ ਨਾਲ, ਹੋਰ ਆਸੇ ਨਾਲ, ਗੁਰੂ ਰਾਮਦਾਸ ਜੀ ਦੇ ਆਸ਼ੀਰਵਾਦ ਨਾਲ ਬਚਾਅ ਹੋ ਗਿਆ। ਬਾਕੀ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਕਾਫੀ ਦੇਰ ਤੋਂ ਚੱਲ ਰਹੀਆਂ ਕਈਆਂ ਤਰੀਕਿਆਂ ਦੇ ਨਾਲ। ਜਦੋਂ ਉਹਨਾਂ ਕੰਮਾਂ ਦੇ ਵਿੱਚ ਏਜੰਸੀਆਂ ਨਹੀਂ ਕਾਮਯਾਬ ਹੋਈਆਂ, ਉਹਨਾਂ ਫਿਰ ਇਹ ਵੀ ਹੱਥ ਕੰਡਾ ਵਰਤਿਆ। ਹੁਣ ਜਿਹੜਾ ਬੰਦਾ ਆ ਉਹਦਾ ਪਿਛੋਕੜ ਤਾਂ ਮਾੜਾ ਅਤੇ ਹੁਣ ਤਫਤੀਸ਼ ਦੇ ਵਿੱਚ ਇੰਟਰੋਗੇਸ਼ਨ 'ਚ ਕੀ ਦੱਸਦਾ, ਕਿੱਧਰੋਂ ਆਇਆ, ਕਿਸ ਤਰ੍ਹਾਂ ਮੈਨੇਜ ਕੀਤਾ, ਕਿੱਦਾਂ, ਇਹ ਸਾਰੀ ਗੱਲ ਦਾ ਪਤਾ ਤਾਂ ਹੁਣ ਠਹਿਰ ਕੇ ਲੱਗੇਗਾ। ਪਰ ਅਸੀਂ ਵਾਹਿਗੁਰੂ ਦਾ ਸ਼ੁਕਰ ਕਰ ਰਹੇ ਹਾਂ ਕਿ ਪ੍ਰਧਾਨ ਜੀ
ਦਾ ਬਚਾਅ ਹੋ ਗਿਆ। ਜਿਹੜੇ ਅਧਿਕਾਰੀ ਨੇ ਮੈਂ ਪੜ੍ਹਿਆ ਉਹ ਬਿਆਨ ਕੋਈ ਸਿੱਧਾ ਨਹੀਂ ਇਸ ਤਰੀਕੇ ਨਾਲ ਉਹਨੇ ਕਿਹਾ, ਉਹਨੇ ਕਿਹਾ ਹੋ ਸਕਦਾ ਆ ਵੀ ਲੋਕ ਕਹਿੰਦੇ ਨੇ, ਉਹ ਵੀ ਜਿਹੜਾ ਬੰਦਾ ਜਿਹਨੇ ਅਟੈਕ ਕੀਤਾ ਉਹ ਏਜੰਸੀਆਂ ਕੋਲ ਸੱਚਾ ਹੋਣ ਵਾਸਤੇ ਕੀਤਾ, ਵੀ ਇੱਧਰੋਂ ਵਿਰੋਧੀ ਕਈ ਗੱਲਾਂ ਕਰਦੇ ਨੇ ਪਰ ਇੱਦਾਂ ਦੀ ਗੱਲ ਕੋਈ ਕਰ ਸਕਦਾ? ਇਹ ਤਾਂ ਐਵੇਂ ਹੁਣ ਜੋ ਮਰਜ਼ੀ ਕਹੀ ਜਾਏ ਵੀ ਆਪ ਇਹ ਗੱਲ ਕੀਤੀ ਹੋਏ, ਅਤੇ ਇਹ ਤਾਂ ਹੁਣ ਐਵੇਂ ਗੱਲ ਪੁਲਿਸ ਜਿਹੜੀ ਆ ਉਹ ਖਤਮ ਹੁੰਦਾ ਸੀ, ਘਟਨਾ ਹੋਈ ਆ ਹੁਣ ਸਿਰਫ ਇੱਕ ਪੜ੍ਹ ਕੌਣ ਸਰਕਾਰ ਆਪਣਾ ਪੱਖ ਜਿੱਦਾਂ ਮਰਜ਼ੀ ਪੇਸ਼ ਕਰੇ ਪਰ ਫੇਲ ਹੀ ਆ ਜਿਉਂ ਬਣੀ ਆ ਉਤੋਂ ਹੀ ਵੇਖਣ ਦੀਆਂ ਨਿਕਲੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ। ਪਰ ਆਹ ਜਿਹੜੀ ਕੱਲ੍ਹ ਗੱਲ ਹੋਈ ਆ ਪ੍ਰਧਾਨ ਸਾਹਿਬ 'ਤੇ ਅਟੈਕ ਹੋਣਾ, ਇਹ ਤਾਂ ਬਹੁਤ ਵੱਡੀ ਗੱਲ ਆ, ਅਤੇ ਮੁੱਕਦੀ ਗੱਲ ਤਾਂ ਆ ਵੀ ਗੱਲ ਮਾੜੀ ਹੋਈ ਆ ਪਰ ਵਾਹਿਗੁਰੂ ਦਾ ਸ਼ੁਕਰ ਕਰ ਰਹੇ ਹਾਂ ਵੀ ਪ੍ਰਧਾਨ ਜੀ ਦੀ ਜਾਨ ਬਚ ਗਈ ਆ, ਪਾਰਟੀ ਬਚ ਗਈ ਆ, ਇਹ ਨਹੀਂ ਇੱਦਾਂ ਹੋਣਾ ਚਾਹੀਦਾ। ਅਕਾਲੀ ਦਲ ਦਾ ਭਵਿੱਖ ਕੀ ਦੇਖਦੇ? ਅਕਾਲੀ ਦਲ ਦਾ ਭਵਿੱਖ ਤਾਂ ਵੇਖੋ, ਪ੍ਰਧਾਨ ਜੀ ਨੇ ਅਕਾਲ ਤਖ਼ਤ ਨੂੰ ਮੰਨ ਕੇ ਨਿਉ ਕੇ ਜਾ ਕੇ ਜੋ ਸੇਵਾ ਲੱਗੀ ਆ ਉਹ ਨਿਭਾ ਰਹੇ ਹਾਂ, ਅੱਜ ਉਹਦਾ ਹਿੱਸਾ ਹੀ ਆ। ਅਨੰਦਪੁਰ ਸਾਹਿਬ ਵੀ ਇੱਥੇ ਆਏ ਹਾਂ ਸਾਰੇ, ਪ੍ਰਧਾਨ ਜੀ ਵੀ ਸੇਵਾ ਕਰ ਰਹੇ ਨੇ, ਅਤੇ ਭਵਿੱਖ ਪਾਰਟੀਆਂ ਦੂਜੀਆਂ ਫੇਰ ਹੋ ਚੁੱਕੀਆਂ ਨੇ ਸਿਆਸੀ ਤੌਰ 'ਤੇ, ਉਹ ਕਈ ਕੁਝ ਹਰਕਤਾਂ ਵਰਤਦੇ ਨੇ ਅਤੇ ਉਹ ਨਹੀਂ ਕਾਮਯਾਬ ਹੋ ਸਕੇ, ਅਤੇ ਫਿਊਚਰ ਜਿਹੜਾ ਇਹ ਅਕਾਲੀ ਦਲ ਦਾ ਬੜਾ ਵਧੀਆ ਆ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਜੋ ਮਹਿਸੂਸ ਕਰਨਾ ਕਿ ਪੰਜਾਬ ਦੇ ਲੋਕ ਉਹ ਸਾਨੂੰ ਸੇਵਾ ਦੇਣਗੇ। ਸਮੁੱਚੀ ਲੀਡਰਸ਼ਿਪ ਇੱਕਜੁੱਟ ਹੈ ਜੀ? ਬਿਲਕੁਲ ਇੱਕਜੁੱਟ ਹੈ, ਬਿਲਕੁਲ ਇੱਕਜੁੱਟ ਆ। ਲੋਕਾਂ ਭੱਜ ਭੁੱਜ ਕੇ ਵੇਖ ਲਿਆ, ਅਕਾਲ ਤਖ਼ਤ ਸਾਹਿਬ ਨੇ ਹੁਕਮ ਹੀ ਕਰਤਾ ਜਥੇਦਾਰ ਹੋਣਾ ਵੀ ਇਕੱਠੇ ਹੋ, ਸੋ ਇਸ ਕਰਕੇ ਇੱਕਜੁੱਟ ਹੀ ਰਹੇਗੀ। ਅੱਜ ਦੇ ਸਿਕਿਉਰਿਟੀ ਅਰੇਂਜਮੈਂਟ ਦੇਖਣ ਨੂੰ ਕਿਸ ਤਰ੍ਹਾਂ ਦੇ ਲੱਗ ਰਹੇ? ਠੀਕ ਹੈ, ਸਿਕਿਉਰਿਟੀ ਵਾਲੇ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਗੱਡੀ 'ਤੇ ਪਰਮਾਤਮਾ ਦਾ ਸਭ ਕੁਛ ਹੁੰਦਾ ਅਤੇ ਕਰ ਰਹੇ ਨੇ, ਸਿਕਿਉਰਿਟੀ ਵਾਲੇ ਆਪਣਾ ਕੰਮ ਤਾਂ ਕਰਨਗੇ। ਉਹ ਤਾਂ ਤੁਸੀਂ ਦੇਖਿਆ ਹੋਣਾ, ਉਹ ਕਮਿਸ਼ਨਰ ਸਾਹਿਬ ਨੇ ਬਰੀਫ ਕਰ ਦਿੱਤਾ ਮੀਡੀਆ ਨੂੰ ਕਿੱਦਾਂ ਹੋਇਆ, ਕੌਣ ਚਲਾਉਂਦਾ ਸੀ, ਅਤੇ ਮੇਰੇ ਖਿਆਲ ਘਟਨਾ ਤਾਂ ਟਲ ਗਈ ਹੈ। ਅਤੇ ਉਹਦੇ ਇਨ ਦਾ ਲਾਈਟ ਆਫ ਦੈਟ ਇੰਸੀਡੈਂਟ ਅਤੇ ਸਾਰੇ ਪੰਜਾਬ ਦੇ ਵਿੱਚ ਹੀ ਨੈਚੁਰਲੀ ਉਹਦਾ ਇਫੈਕਟ ਪੈਂਦਾ ਹੈਗਾ, ਅਤੇ ਸਾਰੀ ਜਗ੍ਹਾ ਹੀ ਅਸੀਂ ਰੀਵਿਜ਼ਿਟ ਕਰਦੇ ਹਾਂ ਸਿਕਿਉਰਿਟੀ ਸੈਟਅਪ ਨੂੰ ਅਤੇ ਟਾਰਗੇਟ ਹਾਰਡਨਿੰਗ ਕਰਦੇ ਹਾਂ। ਤਾਂ ਉਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਸਾਰੇ ਅਫਸਰ ਸਾਰੀ ਜਗ੍ਹਾ ਦੇਖਦੇ ਨੇ, ਐਵੈਲਿਊਏਟ ਕਰਦੇ ਨੇ। ਸਾਰੀ ਜਗ੍ਹਾ ਹੀ ਕਰ ਰਹੇ ਹਾਂ ਅਤੇ ਤਖ਼ਤ ਸਾਹਿਬ ਨੂੰ ਵੀ ਤਾਂ ਨੈਚੁਰਲੀ ਦੇਖਣਾ ਹੀ ਪਏਗਾ। ਨਹੀਂ ਨਹੀਂ, ਸੰਗਤ ਨੂੰ ਕਦੀ ਮੁਸ਼ਕਿਲ ਆਉਣ ਹੀ ਨਹੀਂ ਦਿੱਤੀ। ਤੁਸੀਂ ਦੇਖੋ ਇੱਥੇ 300 ਸਾਲਾ ਹੋ ਗਿਆ, ਬਾਕੀ ਕਿੰਨੇ ਰਿਲੀਜੀਅਸ ਇੰਸੀਡੈਂਟ ਹੁੰਦੇ ਨੇ, ਵੱਡੇ ਵੱਡੇ ਜਿਹੜੇ ਹੁੰਦੇ ਨੇ ਪ੍ਰੋਗਰਾਮ ਹੁੰਦੇ ਨੇ ਉਹਦੇ 'ਚ ਪੰਜਾਬ ਪੁਲਿਸ ਹਮ ਆ ਕੇ ਪਾਰਟੀਸਪੇਟ ਕਰਦੀ ਆ। ਇੱਥੇ ਹਰੇਕ ਸਾਲ ਵੀ ਮੇਲਾ ਲੱਗਦਾ, ਬਹੁਤ ਜ਼ਿਆਦਾ ਦੂਰੋਂ ਦੂਸਰੇ ਕੰਟਰੀ 'ਚੋਂ ਵੀ ਲੋਕ ਆਉਂਦੇ ਨੇ, ਹਰਿਮੰਦਰ ਸਾਹਿਬ 'ਤੇ ਰੋਜ਼ ਹੀ ਬਹੁਤ ਜ਼ਿਆਦਾ ਜਨਤਾ ਆਉਂਦੀ ਆ ਅਤੇ ਪੰਜਾਬ ਪੁਲਿਸ ਦੇ ਵੀ ਕੰਟਰੀਬਿਊਟ ਟੂ ਦੈਟ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।